ਹੋਰ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਸ਼ੋਅ ਕਿੱਦਾਂ ਚੱਲ ਰਿਹਾ ਜੀ? ਬਹੁਤ ਵਧੀਆ ਸ਼ੋਅ ਚੱਲ ਰਿਹਾ ਵਾ। ਕੁੱਤਾ ਵਧੀਆ ਲੱਗਦਾ ਦੱਸੋ, ਇੱਧਰ ਆਏ ਬੇਟਾ, ਇਹ ਕੁਛ ਨਹੀਂ ਕਹਿੰਦਾ, ਨਹੀਂ ਵੱਢਦਾ, ਇੱਧਰੋਂ ਆ ਜਾ, ਕੁੱਤਾ ਤਾਂ ਵੱਢ ਲੈਣਾ, ਮੈਂ ਕੁਛ ਨਹੀਂ ਕਹਿੰਦਾ ਹੁੰਦਾ। ਜਿਹੜਾ ਪਿੰਡ ਦੇ ਵਿੱਚ ਸ਼ੋਅ ਕਰਾਉਣਾ ਇੱਕ ਬਹੁਤ ਮਿਹਨੇ ਰਖਾਉਂਦਾ ਹੈ, ਬਹੁਤ ਵੱਡਾ ਉਪਰਾਲਾ ਕੀਤਾ ਹੈ ਨਾ। ਤਾਂ ਪਿੰਡ ਦਾ ਨਾਂ ਹੰਸਰੋ ਆ, ਪਹਿਲੇ ਬਾਬੇ ਨੇ ਮੈਨੂੰ ਡਰਾਤਾ, ਕਹਿੰਦਾ ਵੀ ਆਹੀ ਪਿੰਡ ਹੈ, ਮੈਂ ਕਿਹਾ ਮੈਂ ਤਾਂ ਪਹਿਲੀ ਵਾਰੀ ਸੁਣਿਆ। ਹਾਂਜੀ, ਜਿਹੜੀ ਪਬਲਿਕ ਪਹੁੰਚੀ ਅੱਜ ਇੱਥੇ ਡੌਗ ਸ਼ੋਅ ਦੇਖਣ ਵਾਸਤੇ, ਅੱਜ ਆਪਣੀ ਵੀਡੀਓ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਮਿਲਦੇ ਹਾਂ ਵੀਰਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਕਿੱਥੋਂ ਆਏ ਆਪਾਂ? ਅਸੀਂ ਤਾਂ ਲੋਕਲ ਨਵੇਂ ਸ਼ਹਿਰ ਤੋਂ ਹੀ ਹਾਂ ਜੀ। ਨਵੇਂ ਸ਼ਹਿਰ ਤੇ ਹੋ? ਹਾਂਜੀ। ਕਿੱਦਾਂ ਲੱਗ ਰਿਹਾ ਸ਼ੋਅ? ਸ਼ੋਅ ਹਰਿਆ ਭਰਿਆ, ਸਾਰਾ ਭਰਿਆ ਹੋਇਆ ਸ਼ੋਅ। ਆਲ ਜਰਮਨ ਸ਼ੈਫਰਡ ਫੋਰ ਆਲ, ਵਧੀਆ ਚੱਲ ਰਿਹਾ? ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ। ਰਿੰਗ ਨੰਬਰ 1 ਦੇ ਵਿੱਚ ਆ ਜਾਣ। ਕਿੰਨਾ ਕੁ ਟਾਈਮ ਲੱਗ ਜਾਂਦਾ ਸ਼ੋਅ ਦੇ ਹੁੰਦੇ? ਸ਼ੋਅ ਨੂੰ ਸਟਾਰਟ ਹੋਣ 'ਚ ਜਿੱਦਾਂ 11-12 ਵਜੇ ਸ਼ੋਅ ਸਟਾਰਟ ਹੋ ਜਾਂਦਾ ਵਾ, ਅਤੇ ਰਾਤ ਨੂੰ 10-11 ਵਜੇ ਤੱਕ ਚੱਲਦਾ ਵਾ ਜੀ। ਤੁਹਾਨੂੰ ਵੀ ਡੌਗ ਦਾ ਸ਼ੌਕ ਹੈ? ਹਾਂਜੀ, ਮੈਂ ਫੀਮੇਲ ਵੀ ਲਿਆਂਦੀ ਸ਼ੋਅ ਕਰਨ ਲਈ। ਤੁਸੀਂ ਵੀ ਸ਼ੋਅ ਕਰੋ? ਹਾਂਜੀ, ਵਧੀਆ ਗੱਲਬਾਤ ਆ। ਕਿਹੜੀ ਬਰੀਡ ਰੱਖੀ ਤੁਸੀਂ? ਮੈਂ ਉੱਦਾਂ ਮੇਨ ਬਰੀਡਿੰਗ ਮੈਂ ਸਮੋਇਡ ਦੇ ਕਰਦਾ ਜੀ। ਹਾਂਜੀ, ਵਧੀਆ ਗੱਲਬਾਤ ਆ, ਥੈਂਕ ਯੂ। ਹਾਂਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਇੱਧਰੋਂ ਹੋ ਜਾਓ ਨੇੜੇ ਨੂੰ। ਹਾਂਜੀ, ਕਿੱਥੋਂ ਆਏ ਆਪਾਂ? ਆਹੀ ਪਿੰਡ ਆਪਣਾ। ਆਹੀ ਪਿੰਡ? ਹਾਂਜੀ। ਇਹ ਆਹੀ ਪਿੰਡ ਦਾ ਕਿਹੜਾ ਜ਼ਿਲ੍ਹਾ ਜੀ? ਆਪਣੇ ਨਵਾਂ ਸ਼ਹਿਰ। ਅੱਛਾ, ਨਵਾਂ ਸ਼ਹਿਰ। ਸ਼ਹੀਦ ਸਾਹਿਬ ਭਗਤ ਆਪਣੇ ਭਗਤ ਸਿੰਘ ਸ਼ਹੀਦ, ਸਮਝ ਗਏ? ਥੋੜਾ ਪਿੰਡ ਆਹੀ ਹੈ? ਆਹੀ ਪਿੰਡ ਹੈ। ਅੱਛਾ, ਇਹ ਮੈਂ ਪਹਿਲੀ ਵਾਰੀ ਸੁਣਿਆ ਵੀ ਆਹੀ ਪਿੰਡ ਵੀ ਹੈਗਾ। ਹਾਂ, ਇਹ ਸਾਰੇ ਹੈਗਾ ਹੀ ਆ, ਇਹ ਸਾਰਿਆਂ ਦਾ ਪਿੰਡ ਆਹੀ ਹੈ ਜੀ। ਆਹੀ ਆ ਲੋਕ ਡੌਗ ਸ਼ੋਅ ਦੇਖਣਾ ਹੈ? ਬਸ ਇਹ ਹੁਣੇ ਪਤਾ ਲੱਗਾ ਵੀ ਇੱਧਰ ਲੱਗਾ ਆ। ਹੁਣ ਤੁਹਾਨੂੰ ਕੁੱਤਿਆਂ ਦਾ ਸ਼ੌਕ ਹੈ? ਸ਼ੌਕ ਇੰਨਾ ਵੀ ਹੈ ਨਹੀਂ, ਜਾਣਕੇ ਹੈਗਾ ਵੀ ਆ। ਕਿਵੇਂ ਨਵੇਂ ਨਵੇਂ ਕੁੱਤੇ ਦੇਖਦੇ ਆ ਨਾ, ਚੱਲ ਡੌਗ ਲੱਗ ਰਿਹਾ ਫਿਰ। ਬਹੁਤ ਵਧੀਆ ਲੱਗਦਾ, ਪਿੰਡ ਵਿੱਚ ਮੇਲਾ ਲੱਗਾ ਹੋਇਆ ਤੇ ਬਹੁਤ ਵਧੀਆ ਲੱਗਾ। ਹਾਂਜੀ, ਆਪਾਂ ਇੱਧਰ ਗੱਲਬਾਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਕਿੱਥੋਂ ਆਏ ਜੀ? ਹੰਸਰੋਂ ਤੋਂ। ਹੰਸਰੋਂ ਤੋਂ? ਡੌਗ ਸ਼ੌਕ ਕਿਵੇਂ ਲੱਗ ਰਿਹਾ ਤੁਹਾਨੂੰ? ਵਧੀਆ ਲੱਗਦਾ। ਸ਼ੌਕ ਆ ਤੁਹਾਨੂੰ ਡੌਗ ਦਾ? ਨਹੀਂ, ਸ਼ੌਕ ਤਾਂ ਹੈ ਨਹੀਂ, ਦੇਖਣ ਲਈ ਵਧੀਆ। ਠੀਕ ਹੈ, ਆਪੋ ਆਪਣੇ ਨਾਮ। ਇਹ ਪਹਿਲੀ ਵਾਰ ਹੋ ਰਿਹਾ ਕਿ ਪਹਿਲਾਂ ਵੀ ਹੋ ਤੁਹਾਨੂੰ? ਪਹਿਲਾਂ ਵੀ ਹੋ ਗਿਆ, ਸਾਲ ਪਹਿਲਾਂ ਹੋ ਗਿਆ। ਸਾਲ ਪਹਿਲਾਂ ਵੀ ਹੋਇਆ? ਠੀਕ ਹੈ ਜੀ। ਕਿੱਥੋਂ ਕਿੱਥੋਂ ਦੇ ਲੋਕ ਆ ਜਾਂਦੇ ਇੱਥੇ? ਦੂਰ ਦੂਰ ਤੇ ਆਉਂਦੇ ਆ, ਜਲੰਧਰ ਤੋਂ ਆਉਂਦੇ ਆ, ਇੱਧਰ ਹਿਮਾਚਲ ਤੋਂ ਵੀ ਆਏ ਵਾ। ਤੇ ਸ਼ੋਅ ਬਾਰੇ ਕੀ ਕਹਿਣਾ ਵੀ ਹੋਣੇ ਚਾਹੀਦੇ ਆ ਕਿੱਦਾਂ? ਨਾ, ਹੋਣੇ ਚਾਹੀਦੇ, ਜਿਨ੍ਹਾਂ ਨੂੰ ਸ਼ੌਕ ਉਹ ਬਹੁਤ ਵਧੀਆ ਦੇਖਦੇ ਆ, ਕਰਦੇ ਆ, ਇਹਨਾਂ ਦਾ ਕੋਈ ਸ਼ੌਕ ਦਾ ਕੋਈ ਮੁੱਲ ਨਹੀਂ। ਠੀਕ ਹੈ ਜੀ, ਸ਼ੌਕ ਆਪੋ ਆਪਣਾ। ਜਿਵੇਂ ਕਈ ਇਹਨੇ ਡੌਗ ਨਹੀਂ ਰੱਖੇ ਹੁੰਦੇ ਜੀ, ਉਹਨਾਂ ਨੂੰ ਇਦਾਂ ਲੱਗਦਾ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ, ਸਾਨੂੰ ਉਹ ਰੱਖੇ, ਉਹ ਆਪਣਾ ਰੱਖਦਾ, ਤੁਸੀਂ ਆਪਣਾ ਕੰਮ ਕਰਦੇ, ਤੁਹਾਨੂੰ ਵਧੀਆ, ਸਾਨੂੰ ਆਪਣਾ। ਠੀਕ ਹੈ ਜੀ, ਧੰਨਵਾਦ ਜੀ। ਆਪਣੀ ਖੇਤੀ ਕਰਦੇ ਆ ਉਹ 'ਚ। ਠੀਕ ਹੈ, ਆ ਜੀ ਤੁਹਾਡੇ ਨਾਲ ਗੱਲ ਕਰਦਾ ਮੈਂ। ਇਹੀ ਪਿੰਡ ਹੰਸਰੋਂ ਹੀ ਆ। ਹੰਸਰੋਂ? ਪਿੰਡ ਦਾ ਨਾਂ ਹੰਸਰੋ ਆ। ਪਹਿਲੇ ਬਾਬੇ ਨੇ ਮੈਨੂੰ ਡਰਾਤਾ, ਕਹਿੰਦਾ ਵੀ ਆਹੀ ਪਿੰਡ ਹੈ, ਮੈਂ ਕਿਹਾ ਮੈਂ ਤਾਂ ਪਹਿਲੀ ਵਾਰੀ ਸੁਣਿਆ। ਤੁਸੀਂ ਪੁੱਛ ਕੇ ਨਹੀਂ ਆਏ ਕਿਹੜੇ ਪਿੰਡ ਆਏ ਅਸੀਂ? ਆਉਣ ਵੇਲੇ ਪੁੱਛਿਆ ਨੀ ਕਿਸੇ ਨੂੰ ਕਿਹੜੇ ਪਿੰਡ ਆਏ ਅਸੀਂ? ਮੈਂ ਤਾਂ ਦੂਜੀ ਤੀਜੀ ਵਾਰ ਆ ਰਿਹਾ। ਚਲੋ ਠੀਕ ਹੈ, ਮੈਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਜੀ, ਹੁਣ ਮੈਨੂੰ ਇਹਨਾਂ ਦਾ ਪਿੰਡ ਕਿਹੜਾ ਪਤਾ ਜੀ, ਕਿੱਥੋਂ ਆਏ ਹਨਾ ਜੀ, ਜਾਂ ਕਿਵੇਂ ਲੱਗ ਰਿਹਾ ਸੋ ਜੀ? ਵਧੀਆ ਵਧੀਆ, ਬਹੁਤ ਵਧੀਆ ਲੱਗ ਰਿਹਾ ਜੀ। ਤੁਹਾਡੇ ਕੋਲ ਵੀ ਡੌਗ ਰੱਖੇ? ਨਹੀਂ ਜੀ, ਸਾਡੇ ਕੋਲ ਉਹਦਾ ਸ਼ੌਕ ਆ ਤੁਹਾਨੂੰ? ਬਸ ਦੇਖਣ ਦਾ ਸ਼ੌਕ ਆ, ਮਤਲਬ ਸੋ ਹੋਣੇ ਚਾਹੀਦੇ ਕਿੱਦਾਂ? ਹੋ ਜਾਂਦਾ ਵਧੀਆ, ਵਿਹਲਾ ਬੰਦਾ ਦੇਖ ਲੈਂਦਾ, ਐਂਟਰਟੇਨਮੈਂਟ। ਠੀਕ ਹੈ, ਬੰਦੇ ਨੂੰ ਅਲਰਜੀ ਹੁੰਦੀ ਹੈ ਡੌਗ ਤੋਂ? ਨਹੀਂ ਨਹੀਂ ਨਹੀਂ, ਟਾਈਮ ਪਾਸ ਹੋ ਜਾਂਦਾ। ਟਾਈਮ ਪਾਸ ਯਾਰ, ਅਲਰਜੀ ਅਲਰਜੀ ਵਾਲੀ ਤਾਂ ਕੋਈ ਗੱਲ ਨਹੀਂ ਹੈ। ਇੱਕ ਵਾਰ ਇਹਨਾਂ ਨਾਲ ਵੀ ਆਪਾਂ ਗੱਲ ਕਰ ਲਿਆ, ਤੁਹਾਨੂੰ ਅਲਰਜੀ ਹੈ ਜੀ? ਨਹੀਂ, ਇਹ ਤਾਂ ਖੁਸ਼ ਨੇ ਦੇਖੋ, ਪੂਰੇ ਪੂਰਾ ਚਾਉ ਚੜ ਰਿਹਾ ਨਾ, ਮਤਲਬ ਥੋੜਾ ਵੀ ਇਹੀ ਪਿੰਡ ਹੈ।
ਮਤਲਬ ਬਹੁਤ ਵਧੀਆ ਅੱਜ ਦਾ ਜਿਹੜਾ ਰੰਗੀਨ ਸ਼ੋਅ ਹੈ ਇਹ ਤੁਹਾਨੂੰ ਮੈਂ ਪਬਲਿਕ ਕੁੱਤੇ ਤਾਂ ਆਪ ਹੀ ਦਿਖਾਈ ਜਾਣਗੇ, ਮੈਂ ਤੁਹਾਨੂੰ ਪਬਲਿਕ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹਦੇ ਨਾਲ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਵੀਰ ਵੀ ਇੱਥੋਂ ਨਵੇਂ ਆਏ ਨੇ, ਹੈ ਨਾ ਬਾਈ ਜੀ? ਕੀ ਹਾਲ ਹੈ? ਪਿੰਡ ਹੰਸਰ ਹੋਈ ਆ ਜੀ ਮੇਰਾ। ਤੁਹਾਡਾ ਪਿੰਡ ਹੰਸਰ ਹੋਇਆ? ਹਾਂਜੀ ਹਾਂਜੀ, ਇਹਨਾਂ ਦਾ ਪਿੰਡ ਹੰਸਰ ਹੈ। ਠੀਕ ਹੈ, ਆਪਾਂ ਨੂੰ ਡੌਗ ਦਾ ਸ਼ੌਕ ਹੈ? ਇਹ ਹੈਗਾ ਹਾਂਜੀ ਸ਼ੌਕ। ਰੱਖਿਆ ਵੀ ਹੋਇਆ? ਨਹੀਂ ਰੱਖਿਆ ਤਾਂ ਹੈ ਨਹੀਂ, ਉਹਦਾ ਸ਼ੌਕ ਹੈਗਾ। ਸ਼ੌਕ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗਦਾ ਜੀ। ਤੁਸੀਂ ਕਿੰਨੇ ਚਿਰ ਤੋਂ ਮਤਲਬ ਸ਼ੋਅ ਦੇਖ ਰਹੇ ਹੋਗੇ? ਮੈਂ ਤਾਂ ਆਹ ਪਹਿਲੀ ਵਾਰ ਦੇਖਿਆ, ਅੱਗੇ ਹੈ ਨਹੀਂ ਸੀ ਪਿੰਡ, ਅੱਗੇ ਵੀ ਪਹਿਲਾਂ ਕਦੇ ਸ਼ੋਅ ਦੇਖਿਆ ਨਹੀਂ ਤੁਸੀਂ? ਸ਼ੋਅ ਹੋਇਆ ਸੀ ਪਿਛਲੀ ਵਾਰੀ ਹੋਇਆ ਸੀ ਨਾ, ਉਦੋਂ ਨਹੀਂ ਮੇਰਾ ਦੇਖ ਹੋਇਆ, ਅੱਜ ਦੇਖ। ਬਾਹਰ ਗਏ ਸੀ? ਹਾਂਜੀ, ਮੈਂ ਬਾਹਰ ਕੰਮ ਤੇ ਸੀ ਗਿਆ। ਕੀ ਕੰਮ ਕਰਦੇ ਹੋ? ਮੈਂ ਟੈਕਸੀ ਚਲਾਉਂਦਾ ਗੱਡੀ ਦੀ। ਚਲੋ, ਟੈਕਸੀ ਵਾਲਿਆਂ ਨੂੰ ਘੱਟ ਹੀ ਟਾਈਮ ਲੱਗਦਾ ਨਾ? ਹਾਂਜੀ ਹਾਂਜੀ ਹਾਂਜੀ। ਚਲੋ ਵਧੀਆ ਗੱਲਬਾਤ ਆ, ਕੰਮ ਤਾਂ ਜ਼ਰੂਰੀ ਆ, ਕੰਮ ਕੋਈ ਮਰਜ਼ੀ ਹੋਵੇ ਕੰਮ ਦੇ ਵਿੱਚ ਮਿਹਨਤ ਹੁੰਦੀ ਆ ਨਾ, ਤੇ ਇਮਾਨਦਾਰੀ ਹੁੰਦੀ ਆ ਨਾ। ਹਾਂਜੀ ਹਾਂਜੀ। ਅੱਜ ਤੁਹਾਡੇ ਪਿੰਡ ਦੇ ਵਿੱਚ ਸ਼ੋਅ ਹੋ ਰਿਹਾ ਹਨਾ, ਤੁਹਾਨੂੰ ਕਿਵੇਂ ਜੇ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਹਾਂਜੀ ਠੀਕ ਹੈ, ਜੇ ਤੁਹਾਨੂੰ ਮਤਲਬ ਸ਼ੋਅ ਵਧੀਆ ਲੱਗਦਾ, ਤੁਸੀਂ ਕੁੱਤਾ ਰੱਖਣ ਦਾ ਜੀ ਕਰਦਾ? ਹਾਂਜੀ ਹਾਂਜੀ, ਇੱਦਾਂ ਦੇਖ ਕੇ ਹੋਰ ਕਰਦਾ ਜੀ, ਦੇਖ ਕੇ ਜੀ ਕਰਦਾ। ਹਾਂਜੀ, ਜਿੱਦਾਂ ਕੁੱਤੇ ਬਹੁਤ ਵਰਾਈਟੀਆਂ ਹੈਗੀਆਂ, ਸੋਹਣੀਆਂ ਸੋਹਣੀਆਂ। ਕਿਹੜਾ ਕੁੱਤਾ ਵਧੀਆ ਲੱਗਦਾ? ਮੇਰੇ ਹੈ ਤਾਂ ਸਾਰੇ ਵਧੀਆ ਲੱਗਦੇ, ਵਰਾਈਟੀਆਂ ਹੁਣ ਕੁੱਤੇ ਸਾਰੇ ਵਧੀਆ ਨੇ, ਤੁਹਾਨੂੰ ਕਿਹੜਾ ਵਧੀਆ ਲੱਗਦਾ? ਮੈਂ ਤਾਂ ਪੱਗ ਕੁੱਤਾ ਵਧੀਆ ਲੱਗਦਾ, ਮੁੰਡਾ ਮੇਰਾ ਕਹਿੰਦਾ ਸੀ ਪੱਗ ਪੱਗ ਤੇ ਪੱਗ ਲੱਗਣਾ ਜਿਹਦਾ ਉਹ ਸ਼ੋਅ ਚੱਲ ਰਿਹਾ, ਜਦੋਂ ਦੂਜੇ ਦੇਖ ਲੈ ਬਦਲਣਾ ਜਾਈ ਸਾਰੇ ਆਣਗੇ, ਹਾਂਜੀ ਪੱਗ ਹੀ ਰੱਖੇਗਾ, ਏਦੂ ਸੋਹਣੇ ਸੋਹਣੇ ਹੋਰ ਆਉਣਗੇ, ਬਦਲਦਾ ਤਾਂ ਨੀ? ਹਾਂਜੀ, ਕਿਤੇ ਭਾਪੇ ਨੂੰ ਕਹਿੰਦੇ ਜਰਮਨ ਦਾ ਲੈ ਦੇ। ਓਕੇ ਠੀਕ ਹੈ ਨਾ, ਬਦਲੀ ਨਾ ਹੁਣ, ਮੈਂ ਦੁਬਾਰੇ ਕਿਹੜਾ ਦੇ ਕੇ ਆਊਂ, ਕਿਤੇ ਕਹਿੰਦੇ ਮੈਂ ਜਰਮਨ ਲੈਣਾ ਜੀ, ਬਹੁਤ ਸੋਹਣੇ ਨੇ ਨਾ। ਠੀਕ ਹੈ ਜੀ, ਚੱਲਦੇ ਅੱਗੇ ਹੋਰ ਵੀਰ ਨਾਲ ਕਰਦੇ ਹਾਂ ਗੱਲਬਾਤ। ਹੈ ਜਵਾਕ ਵੀ ਖੜੇ ਨਾ ਛੋਟੇ ਛੋਟੇ, ਆਹ ਮੇਰਾ ਪੁੱਤ ਸਿਆਣਾ ਲੱਗਦਾ, ਕਿਹੜੀ ਕਲਾਸ 'ਚ ਪੜ੍ਹਦਾ ਤੂੰ? ਪੰਜਵੀਂ 'ਚ। ਕਿਹੜਾ ਸਕੂਲ, ਸਕੂਲ ਦਾ ਕੀ ਨਾਮ ਹੈ? ਸਰਕਾਰੀ ਪ੍ਰਾਇਮਰੀ ਸਕੂਲ ਹੰਸਰੋ। ਸਰਕਾਰੀ ਪ੍ਰਾਇਮਰੀ ਸਕੂਲ ਹੰਸਰੋ, ਕੀ ਨਾਮ ਹੈ ਤੇਰਾ ਬੇਟਾ? ਅਮਨਪ੍ਰੀਤ ਕੌਰ। ਅੱਜ ਛੁੱਟੀ ਹੈ? ਹਾਂਜੀ। ਅੱਜ ਫਿਰ ਸ਼ੋਅ ਦੇਖਣ ਆ ਗਏ? ਹਾਂਜੀ। ਡੌਗ ਸ਼ੋਅ ਦੇਖਣ ਆ ਗਏ? ਹਾਂਜੀ। ਕਿਵੇਂ ਲੱਗ ਰਿਹਾ ਡੌਗ ਸ਼ੋਅ? ਵਧੀਆ ਲੱਗ ਰਿਹਾ, ਚੌ ਚੜ ਰਿਹਾ? ਹਾਂਜੀ। ਸਾਰਾ ਦਿਨ ਦੇਖੋਗੇ? ਹਾਂਜੀ। ਕਿਹੜਾ ਕੁੱਤਾ ਵਧੀਆ ਲੱਗਦਾ? ਕਿਹੜਾ ਕੁੱਤਾ ਵਧੀਆ ਲੱਗਦਾ ਤੁਸੀਂ? ਇੱਧਰ ਆਏ ਬੇਟਾ, ਇਹ ਕੁਛ ਨਹੀਂ ਕਹਿੰਦਾ, ਨਹੀਂ ਵੱਢਦਾ, ਇੱਧਰ ਨੂੰ ਆ ਜਾ। ਕੁੱਤਾ ਤਾਂ ਵੱਢ ਲੈਂਦਾ, ਮੈਂ ਕੁਛ ਨਹੀਂ ਕਹਿੰਦਾ ਹੁੰਦਾ। ਅਤੇ ਕਿਹੜਾ ਡੌਗ ਵਧੀਆ ਲੱਗਦਾ? ਪੈਟ ਬੁੱਲ ਹੁੰਦਾ ਨਾ, ਬਹੁਤ ਅਗਰੈਸਿਵ ਡੌਗ ਹੁੰਦਾ ਨਾ। ਚਲੋ, ਆਪਾਂ ਬੇਟਾ ਕਿੱਥੋਂ? ਕਿਹੜੀ ਕਲਾਸ 'ਚ ਪੜ੍ਹਦਾ? ਤੀਸਰੀ। ਅੱਜ ਫਿਰ ਛੁੱਟੀ ਹੈ ਤੁਹਾਨੂੰ? ਹਾਂਜੀ। ਅੱਜ ਛੁੱਟੀ ਕਾਹਤੋਂ ਹੈ? ਅੱਜ ਸੰਡੇ ਹੈ, ਸੰਡੇ ਹੈ ਨਾ। ਠੀਕ ਹੈ, ਸ਼ੋਅ ਕਿਵੇਂ ਲੱਗ ਰਿਹਾ? ਵਧੀਆ ਵਧੀਆ ਲੱਗ ਰਿਹਾ। ਠੀਕ ਹੈ, ਇਹ ਸਾਰਾ ਦਿਨ ਦੇਖੋਗੇ? ਹਾਂਜੀ। ਠੀਕ ਹੈ, ਇਹ ਤੁਹਾਡੇ ਡੌਗ ਰੱਖਿਆ ਘਰੇ? ਨਹੀਂ ਰੱਖਿਆ ਨੀਗਾ, ਫਿਰ ਵੀ ਵਧੀਆ ਲੱਗਦਾ, ਰੱਖਣ ਨੂੰ ਜੀ ਕਰਦਾ? ਨਹੀਂ ਰੱਖਦਾ ਨੀ, ਨਾਲੇ ਵਧੀਆ ਲੱਗਦਾ, ਵੱਖਰੀ ਚੋਇਸ। ਠੀਕ ਹੈ, ਹਾਂਜੀ ਚੱਲਦੇ ਅੱਗੇ ਬਾਅਦ, ਆਪਾਂ ਹੋਰ ਤੁਹਾਨੂੰ ਦੂਜੇ ਰਿੰਗ ਦੇ ਵਿੱਚ ਗੇੜਾ ਲਵਾਉਂਦੇ ਹਾਂ, ਚੱਲੀਏ। ਅਤੇ ਇੱਧਰ ਗਰਾਊਂਡ ਦੇ ਵਿੱਚ ਰਾਜੂ ਭਲਵਾਨ ਜੀ ਖੜ੍ਹੇ ਨੇ ਖੰਨੇ ਵਾਲੇ, ਹੈ ਨਾ ਜੀ? ਤੁਸੀਂ ਬਹੁਤ ਸਾਰੀਆਂ ਵੀਡੀਓ ਜੀ ਦੇਖੇ ਨੇ, ਆਪ ਵੀ ਇਹ ਹਾਸਕੀ ਦੇ ਜਿਹੜੇ ਸਪੈਸ਼ਲਿਸਟ ਨੇ, ਬਾਕੀ ਉਹਨਾਂ ਤੋਂ ਆਪਾਂ ਵਿਊ ਲੈਂਦੇ ਹਾਂ ਅੱਜ ਦਾ ਵੀ ਕਿੱਦਾਂ ਲੱਗ ਰਿਹਾ ਡੌਗ ਸ਼ੋਅ। ਹਾਂਜੀ ਭਲਵਾਨ ਜੀ, ਕੀ ਹਾਲ ਚਾਲ? ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਚੱਲ ਰਿਹਾ ਕੰਮਕਾਰ ਜੀ? ਕੰਮਕਾਰ ਮਾਲਕ ਜੀ ਬਹੁਤ ਵਧੀਆ ਚੱਲ ਰਿਹਾ ਜੀ। ਹਾਂਜੀ ਹਾਂਜੀ, ਸ਼ੋਅ ਬਾਰੇ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਸ਼ੋਅ ਹੈ ਜੀ, ਬਹੁਤ ਵਧੀਆ ਅਰੇਂਜਮੈਂਟ ਕਰੇ ਹੋਏ ਨੇ। ਮੈਸੇਜ ਤਾਂ ਭਾਅ ਜੀ ਇਹੀ ਹੈ ਬਸ, ਵੀ ਜ਼ਿਆਦਾ ਡੌਗ ਸ਼ੋਅ ਕਰਨੇ ਚਾਹੀਦੇ ਨੇ, ਵਧੀਆ ਕੁਆਲਿਟੀ ਨੂੰ ਸ਼ੋਅ ਕਰੋ।
ਅੱਜ ਉੱਥੇ ਪ੍ਰਧਾਨ ਜੀ ਹੋਰਾਂ ਨੇ ਕਸਮ ਖਵਾਈ ਹੈ ਨਾ, ਇਹਦੇ ਪਿੱਛੇ ਕੀ ਕਾਰਨ ਹੋ ਸਕਦੇ? ਨਹੀਂ ਵਧੀਆ ਗੱਲ ਆ ਜੀ, ਇਹ ਬਹੁਤ ਨਹੀਂ ਕਮੀਆਂ ਚਲੋ ਹੁੰਦੀਆਂ ਨੇ ਛੋਟੀਆਂ ਪਰ ਜੋ ਵੀ ਹੁੰਦੀਆਂ ਨੇ, ਪਰ ਇਹ ਬਹੁਤ ਵਧੀਆ ਗੱਲ ਆ ਜੀ ਇਹ, ਠੀਕ ਨਹੀਂ ਵੀ ਆਏ ਕਿਸੇ ਦੀ ਕੋਈ ਪਾਰਸ਼ੈਲਿਟੀ ਨਹੀਂ ਹੋਊਗੀ ਵੀ ਕਿਸੇ ਦੀ ਕੋਈ ਸੁਣੀ ਨਹੀਂ ਜਾਊਗੀ, ਬਹੁਤ ਵਧੀਆ ਗੱਲ ਕਰੀ ਹੈ ਪ੍ਰਧਾਨ ਜੀ ਨੇ। ਹਾਂਜੀ ਹਾਂਜੀ, ਕੋਈ ਵੀ ਆਪਣੇ ਡੋਗ ਦੇਖਿਆ ਜਾਵੇ ਨਾ ਕਿ ਬੰਦਾ ਦੇਖਿਆ ਜਾਵੇ, ਠੀਕ ਨਹੀਂ ਜੀ, ਬਹੁਤ ਵਧੀਆ ਗੱਲ। ਹਾਂਜੀ ਫੇਸ ਵੈਲਿਊ ਦੇਖਣੀ ਚਾਹੀਦੀ, ਹਾਂ ਡੋਗ ਦੇਖਿਆ ਜਾਵੇ। ਹਾਂਜੀ ਬਹੁਤ ਵੱਡਾ ਉਪਰਾਲਾ ਕੀਤਾ ਹੈ ਨਾ, ਤਾਂ ਵੱਧ ਤੋਂ ਵੱਧ ਇਹਦੇ ਨਾਲ ਯੂਥ ਨੂੰ ਜੁੜਨਾ ਚਾਹੀਦਾ ਆ ਔਰ ਜੁੜ ਵੀ ਰਹੀ ਹੈ, ਤਾਂ ਜੋ ਇੱਕ ਚੰਗਾ ਸਾਈਨ ਹੈ, ਕਿਉਂਕਿ ਜਿੰਨਾ ਇਹਨਾਂ ਗੇਮਾਂ ਦੇ ਨਾਲ ਅਸੀਂ ਜੁੜਾਂਗੇ ਉਨਾ ਸਾਡਾ ਯੂਥ ਜਿਹੜਾ ਆ ਉਹ ਨਸ਼ਿਆਂ ਤੋਂ ਦੂਰ ਰਹੇਗਾ ਔਰ ਵਧੀਆ ਇਹਦੇ ਵਿੱਚ ਚਲੋ ਇਨਕਮ ਵੀ ਹੈ, ਤੁਹਾਡਾ ਇੱਕ ਹੋਬੀ ਵੀ ਬਣ ਜਾਂਦੀ ਆ, ਤੋ ਜਿਹਦੇ ਨਾਲ ਕਿ ਅੱਛਾ ਤੁਹਾਨੂੰ ਟਾਈਮ ਪਾਸ ਵੀ ਮਿਲ ਜਾਂਦਾ ਹੈਗਾ, ਤੋ ਵਧੀਆ ਚੰਗੇ ਚੰਗੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਤੋ ਆਲ ਇਜ਼ ਵੈਲ, ਸਭ ਵਧੀਆ ਜੀ। ਹਾਂਜੀ ਠੀਕ, ਥੈਂਕ ਯੂ ਸਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਚੱਲਦੇ ਅੱਗੇ ਅਤੇ ਹੋਰ ਵੀਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਨਵਾਂ ਇੱਕ ਲੱਭਦੇ ਆਪਾਂ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਕਿ ਕੋਈ ਵੱਖਰਾ ਹੋਰ ਕੀ ਹੋ ਰਿਹਾ ਅੱਜ ਦੇ ਜਿਹੜਾ ਹੰਸਰੋ ਦੇ ਡੋਗ ਸ਼ੋਅ ਦੇ ਵਿੱਚ, ਹੁਣ ਜਿਹੜਾ ਡੋਗ ਸ਼ੋਅ ਚੱਲ ਰਿਹਾ ਹੰਸਰੋ ਦਾ ਉਹਦੇ ਵਿੱਚ ਕੀ ਕੁਛ ਵੱਖਰਾ ਚੱਲ ਰਿਹਾ ਉਹ ਵੀ ਆਪਾਂ ਗੱਲਬਾਤ ਕਰਾਂਗੇ, ਇੱਥੋਂ ਦੇ ਜਿਹੜੇ ਵੀ ਪ੍ਰਬੰਧਕ ਵੀ ਹੁੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਅਤੇ ਇੱਧਰ ਮੈਡਮ ਫਿਰਦੇ ਨੇ ਜਿਹੜੇ ਲੁਧਿਆਣਾ ਤੋਂ ਐੱਸ ਜੇ ਕਨੈਨ ਵੈਲਫੇਅਰ ਕਲੱਬ ਦੇ ਪ੍ਰੈਜੀਡੈਂਟ ਨੇ ਲੁਧਿਆਣਾ ਤੋਂ, ਉਹ ਵੀ ਆਪਾਂ ਨੂੰ ਗਰਾਊਂਡ ਦੇ ਵਿੱਚ ਘੁੰਮਦੇ ਫਿਰਦੇ ਮਿਲ ਗਏ ਨੇ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਡਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਸ਼ੋਅ ਕਿੱਦਾਂ ਚੱਲ ਰਿਹਾ ਜੀ? ਬਹੁਤ ਵਧੀਆ ਸ਼ੋਅ ਚੱਲ ਰਿਹਾ ਵਾ। ਕੀ ਕਹਿਣਾ ਚਾਹੁੰਦੇ ਫਿਰ ਅੱਜ ਤੁਸੀਂ? ਅੱਜ ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਆਓ ਸ਼ੋਅ ਦੇਖੋ ਅਤੇ ਨਵੇਂ ਨਵੇਂ ਡੋਗ ਦੇਖੋ। ਬਿਲਕੁਲ ਬਿਲਕੁਲ, ਜੇ ਆਪਣਾ ਡੋਗ ਲੱਗ ਗਿਆ ਲੋਕਾਂ ਨੇ ਇਹ ਕਹਿਣਾ ਵੀ ਪਤਾ ਨੀ ਕੀ ਗੱਲ ਆਪਣਾ ਲੱਗ ਗਿਆ। ਠੀਕ ਆ, ਆਪਣੇ ਤੇ ਗੱਲ ਨੀ ਆਉਂਦੀ ਹੈ। ਹਾਂਜੀ ਹਾਂਜੀ ਬਿਲਕੁਲ, ਫ੍ਰੀ ਮਾਈਂਡ ਹੋ ਕੇ ਸ਼ੋਅ ਦੇਖ ਰਹੇ ਹਾਂ। ਹਾਂਜੀ ਫ੍ਰੀ ਮਾਈਂਡ ਹੋ ਕੇ ਸ਼ੋਅ ਦੇਖ ਰਹੇ ਹਾਂ। ਥੈਂਕ ਯੂ ਮੈਮ ਜੀ, ਤੇ ਆਪਾਂ ਅਗਲੇ ਰਿੰਗ ਦੇ ਵਿੱਚ ਚੱਲਦੇ ਹਾਂ, ਇੱਧਰ ਦੇਖਦੇ ਹਾਂ ਕੀ ਚੱਲ ਰਿਹਾ ਜੀ। ਆਜੋ ਲਓ ਜੀ, ਜਰਮਨ ਦਾ ਜਿਹੜਾ ਸੇਤੋਨੋ ਵਾਲਾ ਫੀਮੇਲ ਲੌਂਗ ਹੇਅਰ ਦਾ ਪੱਪੀ ਜਿਹੜੇ ਫੀਮੇਲ ਲੱਗ ਰਹੀ ਹੈ, ਦੇਖੋ ਤੁਸੀਂ ਰਿੰਗ ਦੇ ਵਿੱਚ ਜੱਜਿੰਗ ਹੋ ਰਹੀ ਹੈ ਇਹਨਾਂ ਦੀ, ਦੇਖੋ। ਹੈਲੋ, ਜਰਮਨ ਸ਼ੈਫਰਡ ਲੌਂਗ ਹੇਅਰ ਪੱਪੀ, ਜਰਮਨ ਸ਼ੈਫਰਡ ਲੌਂਗ ਹੇਅਰ ਪੱਪੀ। German Shepherd, long hair puppy in ring number 1.